ਸਾਰੇ ਪੰਜਾਬ 'ਚੋਂ ਆਏ ਮੇਰੇ ਵੀਰ, ਸਾਡੀ ਲੀਡਰਸ਼ਿਪ ਅਤੇ ਸ਼ਹੀਦ ਪਰਿਵਾਰਾਂ ਦੇ ਜੋ ਅੱਜ ਸਨਮਾਨਿਤ ਵਿਅਕਤੀ ਆਏ ਨੇ, ਸਭ ਤੋਂ ਪਹਿਲਾਂ ਮੈਨੂੰ ਫਤਿਹ ਬੁਲਾਉਣਾ, ਫਤਿਹ ਦਾ ਜਵਾਬ ਵਿੱਚ ਫਤਿਹ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤਾਂ ਪਹਿਲਾਂ ਮੈਂ ਆਪਣੇ ਬੋਲਣ ਤੋਂ ਕਲੀਅਰ ਕਰਦੇ ਹਾਂ ਕਿ ਅਸੀਂ ਤਿੰਨ ਆਗੂ ਬਣੇ ਹਾਂ, ਬਾਕੀ ਸਾਡੇ ਨਾਲ ਸੰਗਤ ਹੈ। ਅੱਜ ਜਿਹੜੀ ਪਹਿਲੀ ਮੀਟਿੰਗ ਹੋਈ ਹੈ, ਤਿੰਨਾਂ ਵੱਲੋਂ ਮੈਂ ਕਹਿਣਾ ਵੀ ਜਿਸ ਪ੍ਰੋਗਰਾਮ ਨੂੰ ਅਸੀਂ ਲੀਕਾਂਗੇ, ਜਿਸ ਪ੍ਰੋਗਰਾਮ ਨੂੰ ਅਸੀਂ ਤੁਰਾਂਗੇ, ਤੁਹਾਡੇ ਨਾਲ ਵਾਅਦਾ ਕਰਦੇ ਹਾਂ, ਉਸ ਤੋਂ ਪਿੱਛੇ ਨਹੀਂ ਹਟਦੇ ਜਿੰਨਾ ਚਿਰ ਪੂਰਾ ਨਹੀਂ। ਦੂਸਰਾ, ਜਿਹੜੀ ਸਰਨਾ ਸਾਹਿਬ ਨੇ ਵੀ ਕਿਹਾ ਕਮੇਟੀ ਬਣਾਉਣ ਦਾ, ਸੇਖਵਾ ਸਾਹਿਬ ਨੇ ਜਿਵੇਂ ਕਿਹਾ, ਅਸੀਂ ਰਾਤ ਮਿਲ ਕੇ ਫੈਸਲਾ ਕੀਤਾ ਸੀ ਕਿ ਅਜੇ ਟਾਈਮ ਸਾਡੇ ਕੋਲ ਅਜੇ ਤਾਂ ਬਣ ਨਹੀਂ ਸਕਦਾ, ਲੇਕਿਨ ਅਸੀਂ ਇੱਕ ਐਸੀ ਕਮੇਟੀ ਬਣਾਈਏ ਬਹੁਤ ਜਲਦੀ, ਤਿੰਨ ਦਿਨ ਨਹੀਂ ਤਾਂ ਹਫ਼ਤੇ 'ਚ, ਕਿ ਉਹ ਬਾਕੀ ਹਮ ਖਿਆਲ ਲੋਕਾਂ ਨੂੰ ਮਿਲੇ, ਬਾਕੀ ਪਾਰਟੀ ਵਿੱਚ ਚਲੇ ਗਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਸੀ, ਜਾਂ ਉਹ ਘਰਾਂ ਵਿੱਚ ਬੈਠੇ ਹੈ, ਜਾਂ ਦੂਸਰੀਆਂ ਪਾਰਟੀਆਂ ਬਣਾਈ ਬੈਠੇ ਹੈ, ਉਹਨਾਂ ਨੂੰ ਮਿਲੇ, ਉਹਨਾਂ ਨੂੰ ਵੀ ਕੋਸ਼ਿਸ਼ ਕਰੀਏ ਕਿ ਵੱਧ ਤੋਂ ਵੱਧ ਸਾਡੀ ਤਾਕਤ ਬਣੇ। ਉਹਦੇ ਲਈ ਸਾਡਾ ਯਤਨ ਹੋਏਗਾ ਅਤੇ ਉਹ ਕਮੇਟੀ ਉਹ ਕੰਮ ਵੀ ਕਰੇਗੀ। ਦੂਸਰਾ ਇਹ ਹੈ ਕਿ ਅੱਜ ਤੋਂ ਪੂਰਾ ਇੱਕ ਸਾਲ ਪਿਆ ਜਿਹੜੀ ਅਸੀਂ ਸ਼ਤਾਬਦੀ ਮਨਾਉਣੀ ਹੈ, ਉਹ ਸ਼ਤਾਬਦੀ ਲਈ ਇੱਕ ਸਾਲ ਕਿਵੇਂ ਕੀ ਪ੍ਰੋਗਰਾਮ ਉਲੀਕਣੇ ਨੇ, ਔਰ ਉਹ ਪ੍ਰੋਗਰਾਮ ਬਣਾਉਣ ਲਈ ਉਹ ਕਮੇਟੀ ਬਣੇਗੀ, ਉਸ ਤੋਂ ਵੱਡੀ ਕਮੇਟੀ ਫਿਰ ਬਣੇਗੀ, ਜਿਹੜੇ ਸਾਡੇ ਨਾਲ ਸ਼ਾਮਿਲ ਹੋਣਗੇ ਉਹਨਾਂ ਨੂੰ ਵੀ ਲਿਆ ਜਾਏਗਾ। ਉਹ ਕਮੇਟੀ ਫੈਸਲਾ ਕਰਦੀ ਰਹੇਗੀ ਕਿ ਆਹ ਕਿੱਥੇ ਕਿੱਥੇ ਕਿਵੇਂ ਮੀਟਿੰਗਾਂ ਕਰਨੀਆਂ, ਕਿੱਥੇ ਕਿੱਥੇ ਕਾਨਫਰੰਸਾਂ ਕਰਨੀਆਂ। ਉਹ ਇੱਕ ਪੂਰੇ ਸਾਲ ਦਾ ਪ੍ਰੋਗਰਾਮ ਹੈ ਜਿਹੜਾ ਆਉਣ, ਤਾਂ ਕਿ ਅਸੀਂ ਆਉਣ ਵਾਲੀ ਸ਼ਤਾਬਦੀ ਬਹੁਤ ਅੱਛੇ ਢੰਗ ਨਾਲ ਮਨਾ ਸਕੀਏ। ਦੂਸਰਾ, ਮੈਂ ਇੱਥੋਂ ਪਹਿਲਾਂ ਬਹੁਤ ਵਿਦਵਾਨ ਸੱਜਣ ਮੇਰੇ ਦੋਸਤ ਬੋਲੇ ਨੇ ਸਾਰੇ, ਮੈਂ ਇਕੱਲੇ ਇਕੱਲੇ ਦਾ ਨਾਂ ਲਵਾਂ ਚੰਗਾ ਨਹੀਂ, ਉਹਨਾਂ ਬਾਰੇ ਮੈਂ ਬਹੁਤੀ ਗੱਲ ਨਹੀਂ ਕਰਨੀ। ਜਿਵੇਂ ਸਰ ਰਵਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਬਹੁਤਾ ਟਾਈਮ ਨਹੀਂ, ਤੁਸੀਂ ਬੜੀ ਦੇਰ 'ਤੇ ਬੈਠੇ ਹੋ, ਗਰਮੀ ਵੀ ਬਹੁਤ ਹੈ, ਤੁਸੀਂ ਬਹੁਤ ਦੂਰ ਦੂਰੋਂ ਆਏ ਹੋ, ਜਾਣਾ ਵੀ ਹੈ, ਬਹੁਤਾ ਲੰਮਾ ਸਮਾਂ ਨਹੀਂ। ਮੈਂ ਇਹ ਵੀ ਮਾਫ਼ੀ ਚਾਹੁੰਦਾ, ਸਾਰੇ ਸੱਜਣਾਂ ਨੂੰ ਕਿਹਾ ਗਿਆ ਕਿ ਭਾਈ ਛੋਟਾ ਰੱਖਿਓ, ਇਸ ਕਰਕੇ ਤੁਹਾਡੀ ਤਕਲੀਫ ਨੂੰ ਮੁੱਖ ਰੱਖ ਕੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ, ਮੈਂ ਉਹਨਾਂ ਦਾ ਧੰਨਵਾਦ ਕਰਦਾ, ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਦੂਸਰਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ, ਜਦੋਂ ਬਣਿਆ ਸੀ ਉਹ ਕੋਈ ਰਾਜਨੀਤਿਕ ਪਾਵਰ ਲੈਣ ਲਈ ਨਹੀਂ ਸੀ ਬਣਿਆ, ਉਹ ਬਣਿਆ ਸੀ ਸਮਾਜਿਕ ਅਤੇ ਧਰਮ, ਤਾਂ ਉਹ ਲਹਿਰ ਸੀ ਇੱਕ, ਉਹ ਲਹਿਰ ਸੀ ਧਰਮ ਅਤੇ ਸੱਭਿਆਚਾਰ ਅਤੇ ਧਰਮ ਨੂੰ ਬਚਾਉਣ ਲਈ। ਔਰ ਉਸਨੇ ਅੱਜ ਤੋਂ 100 ਸਾਲ ਹੋਣ ਬਾਅਦ, 99 ਸਾਲ ਅੱਜ ਹੋਏ ਨੇ, ਉਹਨੂੰ ਅੱਜ ਉਸ ਤਰ੍ਹਾਂ ਰੋਲਿਆ ਜਾ ਰਿਹਾ ਹੈ। ਇਸ ਕਰਕੇ ਸਾਡੇ ਸਾਰਿਆਂ ਦਾ ਮਨ ਕੀਤਾ, ਤੁਹਾਡਾ ਮਨ ਆਇਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਬਹੁਤ ਵੱਡੀਆਂ, ਤੁਹਾਨੂੰ ਪਤਾ, ਤਬਦੀਲੀਆਂ ਹੋ ਕੇ ਵੀ ਦੇਖ ਲਈਆਂ, ਔਰ ਕਈਆਂ ਨੂੰ ਬਹੁਤ ਲੋਕਾਂ ਨੇ ਮਾਣ ਵੀ ਦਿੱਤਾ, ਲੇਕਿਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਮਜ਼ੋਰ ਇਹਨਾਂ ਨੇ ਕੀਤੀ, ਔਰ ਉਸ ਪਾਰਟੀ ਨੂੰ ਤਕੜਾ ਕਰਨ ਲਈ ਸਾਡਾ ਜੁੰਮਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਤਕੜਾ ਕਰਨਾ। ਇਹ ਮਤ ਬੋਲਿਓ ਕਿ ਪਾਰਟੀ ਆ ਕੋਈ ਹੋਰ ਬਣ ਕੇ ਅਸੀਂ ਕਰਾਂਗੇ, ਅਸੀਂ ਉਹੀ ਸ਼੍ਰੋਮਣੀ ਅਕਾਲੀ ਦਲ ਬਣਾ, ਔਰ ਸ਼੍ਰੋਮਣੀ ਅਕਾਲੀ ਦਲ ਹੀ ਇਸ ਪੰਜਾਬ 'ਤੇ ਉਹਨੂੰ ਪਾਰਟੀ ਬਣਾਏਗਾ। ਉਹੀ ਸ਼੍ਰੋਮਣੀ ਅਕਾਲੀ ਜੀ ਤੇ ਕਬਜ਼ ਬੈਠੇ ਨੇ, ਉਸੇ ਸ਼੍ਰੋਮਣੀ ਅਕਾਲੀ ਦਲ ਨੂੰ ਲੈਣਾ, ਜਿਹੜੀ ਕਬਜ਼ਾ ਕਰੀ ਸ਼੍ਰੋਮਣੀ ਕਮੇਟੀ ਦੇ ਬੈਠੇ ਨੇ, ਉਹ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਵਿੱਚ ਤੁਹਾਡੀ ਸਾਰਿਆਂ ਦੀ ਸਰਪ੍ਰਸਤੀ ਨਾਲ, ਦੋਸਤਾਂ ਮਿੱਤਰਾਂ ਨਾਲ ਮਿਲ ਕੇ ਉਹ ਲੈਣੀ ਹੈ। ਇਸ ਕਰਕੇ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ, ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੇਰੇ ਤੋਂ ਪਹਿਲਾਂ ਬੋਲ ਸੱਜਣਾਂ ਨੇ ਕਿਹਾ, ਜਿਸ ਕੰਮ ਲਈ ਬਣੀ ਸੀ ਉਹਨੂੰ ਛੱਡ ਕੇ ਅੱਜ ਜੋ ਕੁਛ ਸ਼੍ਰੋਮਣੀ ਕਮੇਟੀ 'ਤੇ ਇਲਜ਼ਾਮ ਲੱਗ ਰਹੇ ਨੇ, ਰੋਜ਼ ਕੋਈ ਨਾ ਕੋਈ ਉਸ 'ਤੇ ਆ ਰਹੇ ਨੇ, ਅੱਜ ਸਾਡੇ ਸਾਰੇ ਸਿੱਖਾਂ ਦਾ ਸਿਰ ਨੀਵਾਂ ਹੋ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਕਿਸ ਕੰਮ ਲਈ ਬਣੀ ਸੀ ਅਤੇ ਅੱਜ ਸ਼੍ਰੋਮਣੀ ਕਮੇਟੀ ਕੀ ਹੋ ਰਹੀ ਹੈ। ਇਸੇ ਤਰ੍ਹਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਸੇ ਤਰ੍ਹਾਂ ਹੀ ਸਾਹਿਬ ਵੀਰਦਵਿੰਦ ਸਿੰਘ ਨੇ, ਰਾਮੂਵਾਲੀਆ ਜੀ ਨੇ, ਇਹਨਾਂ ਨੇ, ਸਾਡੇ ਦਿੱਲੀ ਵਾਲੇ ਸੱਜਣਾਂ ਨੇ ਵੀ ਕਿਹਾ ਕਿ ਉਹਨੂੰ
एक किस्म का परसनल बना के जथेदार अकाल तख्त साहब दी सारियां पावर दस के गए ना कि कोठी में बुला के फैसले कराने अज तक कदे होया कि जथेदार अकाल तख्त साहब अपने जगह तो जाके कितने होर फैसला करे। इस करके मेरी बेनती है कि तुहाडा असी एक विश्वास इतों लैके जायो कि साडा कोई मकसद नहीं कि असी कोई किसी नाल सौदाबाजी करिए, साडा कोई मकसद नहीं कि असी कोई अपने लिए पावर है। मैं तुहाडे नाल वादा करता मैं कोई इलेक्शन नहीं लड़ूंगा। इस करके वो लोग कदा कर सकते हैं जिन्होंने कोई इस तरह की गल करनी हो। अज जे साडे ते भी कोई शंका करे जिहड़े सब कुछ छड के आए हैं तो वो शंके भी मैं हैरान हाँ भी फिर भी लोगों के कोई मन में आए तो फिर साड़ी जोड़ की कोई हक नहीं है। फिर साडा काम करन दा राजनीति में जो धार्मिक तौर पर असी तो राजनीतिक हाँ, असी कोई एस जी पी सी की इलेक्शन नहीं लड़नी साढ़े चो किसी ने भी, पर एस जी पी सी लोग ढंग और असली बंदे धार्मिक तौर पर एक मैं कहना कमेटी करूँगी तो फैसला कमेटी मेरा नहीं है कि जेड़ा बंदा श्रोमणी कमेटी लड़ेगा वो मुड़ के किसी पार्टी पोलीटिकल अहदे चाहे कोई भी होए कोई भी पोलीटिकल अहदे वो नहीं होएगा और पोलीटिकल जड़े हो लड़ना चाहे वो श्रोमणी कमेटी मैंबर नहीं बन सकूंगा। इस तरह कुछ इस तरह सानू करने पैने हैं, पर ये कोई यह नहीं है कि अज ही तुहानू पता है उन्हां कोल ताकत है पैसा है सारा कुछ है, एक पास सरकार है उन्हां दी मिली भुगत है तो सरकार ने जो कुछ हो रहा तो तुहाडे सामने है। अज दुनिया सारी कांग्रेस सरकार के खिलाफ उठ रही है लेकिन की हो रहा कोई नहीं, कोई आवाज़ नहीं उठ रही। असी सारे दे पंजाब दे नाल हो रहा कुछ हो रहा है उन्हूं ठीक करन लई ये आरंभी है और ये आरंभी तुहाडे सोटी सपोर्ट तो बिना होर किसी कल्या साढ़े तिना के साथ तिना ग्रुपां दे नाल नहीं होनी। दूसरी मैं तुहाडा धन्नवाद करना चाहुंदा, मैनू मेरे जिले च बहुत सज्जण आए ने, मैं आप नहीं किसी नूं कहा सारा दे टैलीफोन आए कि असीं आ रहे हैं। मैं क्योंकि इत्थे 500 दा जगह 500 दी सी, मैं इन्हां नूं भी कहा सी कि उत्थे सिर्फ 500-600 बंदा बैठ सकदा है ते जे तुसीं आ गए मुश्किल होएगा क्योंकि मौसम खराब है, पर फिर भी बहुत सज्जण आए ने जिन्हें भी तुम सारे पंजाब चो आए हो तुहाडा इस गलों में जी आया भी कह रहा धन्यवाद भी करदा। ये फिर कई कहते भी मैनू एक प्रेस वाले पूछण लगे कि श्रोमणी अकाली दल जिहड़ा वो तुसी कह रहे हो भी ठीक ढंग नाल इलैक्शन नहीं होंदी ते की कहता तुहाडा कंस्टीट्यूशन। मैं क्या पहला इलैक्शन होंदी सी, पहला डेलीगेट सर्कलां दे चुणदे सी, वह सर्कलां दे डेलीगेट अपना प्रधान सर्कल का चुनते सी, फिर सर्कल वाले डेलीगेट चुनते तो जिले का प्रधान चुनते सी और प्रधान जो चुनते सी उहदे च फिर स्टेट लई जाते सी, लेकिन अज सिवाए प्रधान नोमीनेट करन तो जां उहदे जिहड़े बंदे ने जां हलका इंचार्ज ने वह मर्जी है जिहनूं जिहदा नाम लिख के भेज देण, और वह भी यह है कि उहनां नूं जे सेंटर वाले ने पसंद ना आवे तो वह भी कट के आपदा नाम कोई होर पा देंदे ने कि नहीं ये ठीक नहीं इहनूं कर दिओ ये कोई इलैक्शन है। इस तरह की इलैक्शन हो रही है अज्ज, असी इस तरह की इलैक्शन नहीं होनी देनी, असी इलैक्शन वह करवानी है जिहड़ी डेमोक्रेटिक सिस्टम नाल जिहड़ी साडे बजुर्गां ने करवाई सी उस तरह का असी करना चाहते हैं। इस करे असी वो लोग श्रोमणी कमेटी च लिआउणा चाहते हैं जिहड़े ईमानदार होण सिक्खी च बिलीव करते होण और गुरसिख होण जिन्हां ने सिर्फ तो सिर्फ धार्मिक तौर पर अगवाई करनी हो। दूसरा मीरी पीर का इतिहास वीर सिंह गुरु ने दसिया कि श्री अकाल तख्त साहब गुरु हरगोबिंद सिंह ने बनाया से अज जथेदार हैं। हालांकि चलो असं धन्यवादी हाँ कल जथेदार कुछ बोले तो सही, उन्होंने कहा भी हाँ सिख इंस्टीट्यूशन जिन्होंने असी जो असी कहने उन्होंने कहा सिख इंस्टीट्यूशन की तबाद तब्दीली विच लोड़ है, इनू सुधार विच लोड़ है। घट्टो घट कोई माड़ा मोटा तो बोलिया पहला तब जो कुछ वो कहते सी जथेदार अकाल तख्त भी उही करते सी। और फिर मैनू दसो कि मैं की कहा सी आ बैठे ने बरपुरा साहब असी दोनों सिख साहब भी बिच सीगे
ਜਦੋਂ ਇੰਨੀ ਬੁਰੀ ਤਰ੍ਹਾਂ ਹਾਰ ਗਏ ਸੀ, ਅਪੋਜੀਸ਼ਨ 'ਚ ਵੀ ਨਹੀਂ ਆਏ, ਅਤੇ ਮੈਂ ਕਿਹਾ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੈ, ਇਹਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ, ਬਲਕਿ ਇਹ ਕਿਹਾ ਕਿ ਬਾਦਲ ਸਾਹਿਬ ਨੂੰ ਵੱਡਿਆਂ ਨੂੰ ਬਣਾ ਲਓ। ਸਰਦਾਰ ਬਨਪੁਰੇ ਨੇ ਕਿਹਾ ਬਿਲਕੁਲ ਠੀਕ ਹੈ ਸਰ, ਮੈਂ ਇਹਦੀ ਪ੍ਰੋੜਤਾ ਕਰਦਾ। ਲੇਕਿਨ ਫਿਰ ਗੁੱਸੇ 'ਚ ਆ ਕੇ ਦੋਨੋਂ ਪਿਓ ਪੁੱਤਾਂ ਨੇ ਕਿਹਾ ਨਹੀਂ ਜੀ, ਸੁਖਬੀਰ ਹੀ ਰਹੇਗਾ, ਇਹ ਕੋਈ ਤਰੀਕਾ ਹੈ? ਪ੍ਰਧਾਨ ਨੇ ਦੇਣਾ ਨਹੀਂ ਹੁੰਦਾ ਅਸਤੀਫਾ ਜਦੋਂ ਕੋਈ ਹਰ ਜੇ, ਸਾਰੇ ਪਾਰਟੀਆਂ ਦੇ ਪ੍ਰਧਾਨ ਦਿੰਦੇ ਨਹੀਂ। ਇਸ ਕਰਕੇ ਮੈਂ ਸਮਝਦਾ ਕਿ ਸਾਡਾ ਕਸੂਰ ਕੀ ਸੀ, ਇਹਨਾਂ ਨੂੰ ਕੱਢ ਕੇ ਬਾਹਰ ਮਾਰਿਆ, ਸਰਦਾਰ ਰਵਿੰਦਰ ਸਿੰਘ ਨੂੰ ਬਾਹਰ ਕੱਢ ਕੇ ਮਾਰਿਆ, ਕਿਉਂਕਿ ਉਹ ਕ੍ਰਿਟੀਸਾਈਜ਼ ਕਰਦੇ ਸੀ ਕਿ ਕਿਸੇ ਨੂੰ ਪਾਰਟੀ 'ਚ ਹੱਕ ਨਹੀਂ, ਕਿ ਪਾਰਟੀ ਆਪਣੇ ਉਸ ਲਈ ਕੋਈ ਚੰਗਾ ਕੰਮ ਕਰ ਸਕੇ, ਔਰ ਪਾਰਟੀ ਕਿਸੇ ਸਿੱਧੇ ਰਸਤੇ ਤੋਰਨ ਲਈ ਆਪਣੇ ਅੰਦਰ ਬੈਠ ਕੇ ਗੱਲ ਕਰ ਸਕੇ। ਇਸ ਕਰਕੇ ਜਿਹੜਾ ਵੀ ਕੋਈ ਆਵਾਜ਼ ਉਠਾਉਂਦਾ ਸੀ ਉਹਨੂੰ ਬਾਹਰ ਕੱਢ ਕੇ ਮਾਰਦੇ ਸੀ। ਮੈਂ ਆਪਣੇ ਆਪ ਛੱਡਿਆ, ਮੈਂ ਸਾਰੇ ਅਹੁਦੇ ਛੱਡ ਕੇ, ਮੈਂ ਕਿਹਾ ਨਹੀਂ, ਅਸੀਂ ਸ਼੍ਰੋਮਣੀ ਅਕਾਲੀ ਦਲ ਅਸੀਂ ਜੰਮਿਆ ਰਹਿਣਾ, ਪਰ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਦਾ ਨਹੀਂ ਰਹਿਣ ਦੇਣਾ। ਸ਼੍ਰੋਮਣੀ ਅਕਾਲੀ ਦਲ ਉਹ ਬਣਾਉਣਾ ਹੈ ਜਿਹੜੇ ਨੂੰ ਸਾਡੇ ਬਜ਼ੁਰਗਾਂ ਨੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ, ਜਿਹਨਾਂ ਅਸੂਲਾਂ 'ਤੇ ਬਣਾਇਆ ਸੀ, ਜਿਹਨਾਂ ਦੇ ਮੁਤਾਬਕ ਬਣਾਇਆ ਸੀ, ਜਿਹਨਾਂ ਉਹਨਾਂ ਰਸਤਿਆਂ 'ਤੇ ਚੱਲਣ ਲਈ ਅਸੀਂ ਕੋਸ਼ਿਸ਼ ਕਰਨੀ ਹੈ। ਦੂਸਰਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਾਰਿਆਂ ਨੇ ਜ਼ਿਕਰ ਕੀਤਾ, ਇਹ ਤਾਂ ਕਿਸੇ ਤੋਂ ਮੁੜ ਕੇ ਲੈਂਦੀ ਨਹੀਂ, ਇਹ ਲੈਣੀ ਵੀ ਨਹੀਂ। ਅਸੀਂ ਕੋਸ਼ਿਸ਼ ਵੀ ਕੀਤੀ ਸੀ, ਬਰਪੁਰਾ ਬੈਠੇ ਹੈ, ਅਸੀਂ ਕੋਸ਼ਿਸ਼ ਵੀ ਕੀਤੀ ਸੀ ਕਿ ਜਾ ਕੇ ਬਾਦਸ਼ਾਹ ਜਦੋਂ ਮੁੱਖ ਮੰਤਰੀ ਸੀ, ਤਾਜ਼ਾ ਹੋਇਆ ਸੀ, ਵੀ ਅਕਾਲ ਤਖ਼ਤ ਸਾਹਿਬ 'ਤੇ ਮਾਫ਼ੀ ਮੰਗ ਲਓ, ਇਹ ਮੰਗ ਲਓ ਕਿ ਮੇਰੇ ਰਾਜ ਵਿੱਚ ਹੋਇਆ। ਇਹ ਨਹੀਂ ਅਸੀਂ ਕਹਿੰਦੇ ਵੀ ਤੁਸੀਂ ਕਹੋ ਮੈਂ ਕੀਤਾ, ਇਹ ਵੀ ਕਹੋ ਜਾ ਕੇ ਅਕਾਲ ਤਖ਼ਤ ਸਾਹਿਬ 'ਤੇ ਕਿ ਅਸੀਂ, ਮੈਂ ਯਕੀਨ ਦਵਾਉਣਾ ਕਿ ਉਹਨਾਂ ਨੂੰ ਫੜਾਂਗੇ ਵੀ ਅਤੇ ਉਹਨਾਂ ਨੂੰ ਸਜ਼ਾ ਵੀ ਦੇਵਾਂਗੇ, ਅਤੇ ਉਹ ਚਿੱਠੀ ਵੀ ਡਰਾਫਟ ਕੀਤੀ ਗਈ, ਰਸਤੇ 'ਚ ਕਿਸੇ ਨੇ ਮਕਰਵਾ ਤਾ, ਔਰ ਚਿੱਠੀ ਵੀ ਆਪ ਨਹੀਂ ਦੇਣਾ, ਜਥੇਦਾਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਚਿੱਠੀ ਦੇ ਗਏ, ਕੋਈ ਹੋਰ ਬੰਦਾ ਭੇਜ ਤਾ ਕਿ ਚਿੱਠੀ ਦੇ ਆ। ਦੱਸੋ ਇਹ ਕੋਈ ਗੱਲ ਹੈ ਕਿ ਜੇ ਤੁਸੀਂ ਇਸ ਗੱਲ ਦੀ ਮਾਫ਼ੀ ਵੀ ਤੁਹਾਡੇ ਰਾਜ ਵਿੱਚ ਹੋਇਆ ਅਤੇ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਨਹੀਂ ਮਹਾਰਾਜਾ ਰਣਜੀਤ ਸਿੰਘ ਨੇ ਨਹੀਂ ਮੰਗੀ? ਮਹਾਰਾਜਾ ਰਣਜੀਤ ਸਿੰਘ ਨੇ ਤੋਂ ਵੱਡੀ ਤਾਂ ਕੋਈ ਨਹੀਂ, ਉਹਨਾਂ ਨੇ ਤਾਂ ਵੋਟਾਂ ਨਹੀਂ ਸੀ ਲੈਣੀਆਂ, ਉਹਨਾਂ ਤਾਂ ਆਪਣੀ ਤਾਕਤ ਸੀ, ਉਹਨਾਂ ਨੇ ਮੰਗੀ ਨਹੀਂ ਸੀ, ਉਹਨਾਂ ਨੇ ਵੀ ਮੰਗੀ ਸੀ। ਇਸ ਕਰਕੇ ਮੇਰੀ ਬੇਨਤੀ ਹੈ, ਮੈਂ ਸਾਰੀਆਂ ਸਿੱਖ ਸੰਸਥਾਵਾਂ ਨੂੰ, ਸਾਰੀਆਂ ਧਾਰਮਿਕ ਜਥੇਬੰਦੀਆਂ ਨੂੰ, ਸਾਰੀ ਜਿਹੜੀਆਂ ਨੌਜਵਾਨ ਜਥੇਬੰਦੀਆਂ ਨੇ ਉਹਨਾਂ ਨੂੰ, ਢਾਡੀਆਂ ਰਾਗੀਆਂ ਦੂਜੇ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ, ਧਾਰਮਿਕ ਜਿਹੜੇ ਸੰਸਥਾਵਾਂ ਨੇ ਅਤੇ ਧਾਰਮਿਕ ਆਗੂ ਨੇ, ਧਾਰਮਿਕ ਸੰਤ ਮਹਾਤਮਾ ਨੇ, ਕਮਿਸ਼ਨਰਾਂ ਦੀ ਰਾਗੀ ਢਾਡੀ ਕਮਿਸ਼ਨ ਵਿੱਚ ਹੀ ਆ ਗਏ, ਕਿਸਾਨ ਯੂਨੀਅਨ ਜਿਹੜੀਆਂ ਸਾਡੀਆਂ BC ਹੈ, OC ਹੈ, ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਔਰ ਮਜ਼ਦੂਰ ਜਥੇਬੰਦੀਆਂ ਨੂੰ, ਉਹਨਾਂ ਨੂੰ ਸਾਰੀਆਂ ਨੂੰ ਬੇਨਤੀ ਕਰਦਾ ਕਿ ਉਹ ਉਸ ਤੋਂ ਇਲਾਵਾ ਮੈਂ ਮੀਡੀਆ ਬੁੱਧੀਜੀਵੀਆਂ ਨੂੰ, ਇਸਤਰੀ ਅਕਾਲੀ ਦਲ ਅਕਾਲੀ ਦਲ ਦੇ ਵਿੱਚ ਹੀ ਆਇਆ ਅਤੇ ਪਰ ਤੁਹਾਡੇ ਮੁਤਾਬਕ ਅਸੀਂ ਅੱਡ ਵੀ ਕਹਿ ਦਿੰਦੇ, ਠੀਕ ਹੈ ਤੁਹਾਡੀ ਗੱਲ, ਅਤੇ ਬੁੱਧੀਜੀਵੀ ਜਿਹੜੇ ਰਾਈਟਰ ਨੇ, ਪ੍ਰੋਫੈਸਰ ਨੇ, ਉਹਨਾਂ ਨੂੰ ਬੇਨਤੀ ਕਰਦਾ, ਮੀਡੀਆ ਨੂੰ ਬੇਨਤੀ ਕਰਦਾ, ਜਿਵੇਂ ਰਾਮੂਵਾਲ ਜੀ ਨੇ ਕਿਹਾ, ਮੈਂ NRIs ਨੂੰ ਬੇਨਤੀ ਕਰਦਾ ਕਿ ਅਸੀਂ ਜਲਦੀ ਉਹਦੇ 'ਚ ਖੋਲ੍ਹ ਕੇ ਦੇਵਾਂਗੇ, ਉਹਦੇ ਸਾਨੂੰ ਸੁਝਾਅ ਵੀ ਭੇਜੋ, ਸਾਡੇ 'ਚ ਕੋਈ ਨੁਕਸ ਹੈ ਉਹ ਵੀ ਦੱਸੋ, ਸਾਨੂੰ ਕੋਈ ਚੰਗੀਆਂ ਗੱਲਾਂ ਵੀ ਦੱਸੋ, ਔਰ ਸਾਡਾ ਸਾਥ ਦਿਓ, ਜਿਸ ਮਕਸਦ ਲਈ ਅਸੀਂ ਚੱਲੇ ਹਾਂ ਉਹਦੇ ਵਾਸਤੇ ਸਾਨੂੰ ਸਾਥ ਦੇਣ ਦੀ ਬੇਨਤੀ ਹੈ, ਉਹਦੀ ਸਾਥ ਜ਼ਰੂਰ ਸਾਡਾ ਉਹਦੇ 'ਚ ਦਿਓ, ਮੀਡੀਆ ਨੂੰ ਵੀ ਬੇਨਤੀ ਕਰਦਾ। ਸੋ ਬਹੁਤਾ ਕੁਛ ਮੈਂ ਨਾ ਕਹਿੰਦਾ ਹੋਇਆ, ਜਿਹੜੇ ਸ਼ਹੀਦ ਪਰਿਵਾਰ ਨੇ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ, ਪਰ ਜਿਹੜੇ ਬਾਕੀ ਰਹਿ ਗਏ, ਸ਼ਹੀਦ ਪਰਿਵਾਰ ਤਾਂ ਸਾਡੇ ਬਹੁਤ ਨੇ ਜਿਨ੍ਹਾਂ ਨੇ, ਖਾਸ ਕਰਕੇ ਖਾਲਸਾ ਜੀ, ਬਿਲਕੁਲ ਠੀਕ ਹੈ ਤੁਹਾਡੀ ਗੱਲ, ਅਸੀਂ ਜੋ ਜ਼ਿਲ੍ਹਿਆਂ 'ਚ ਮੀਟਿੰਗਾਂ ਕਰਾਂਗੇ ਉਹਨਾਂ ਜ਼ਿਲ੍ਹਿਆਂ ਨਾਲ ਸੰਬੰਧਿਤ ਜਿਹੜੇ ਸ਼ਹੀਦ ਹੋਣਗੇ, ਜਿਹਦਾ ਆਪਣਾ ਇਤਿਹਾਸਿਕ ਉਹਨਾਂ ਨੇ ਰੋਲ ਅਦਾ ਕੀਤਾ ਹੋਊ, ਕਿਸੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਜਿਸ ਨੇ ਇਤਿਹਾਸਿਕ ਰੋਲ ਅਦਾ ਕੀਤਾ ਹੋਊ, ਉਹਨੂੰ ਜ਼ਿਲ੍ਹਿਆਂ ਵਿੱਚ ਸਨਮਾਨਿਤ ਸਾਰਿਆਂ ਨੂੰ ਕਰਾਂਗੇ। ਇਸ ਕਰਕੇ ਉਹਨਾਂ ਨੂੰ ਸ਼ਹੀਦਾਂ ਦਾ, ਮੈਂ ਉਹਨਾਂ ਸ਼ਹੀਦਾਂ ਨੂੰ ਖਾਸ ਕਰਕੇ, ਆਹ ਅੱਜ ਪਰਿਵਾਰ ਕੁਛ ਤਾਂ 5 ਆਏ ਨੇ, ਅਤੇ ਲੇਕਿਨ ਬਾਕੀਆਂ ਨੂੰ ਵੀ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਦੇ ਬਜ਼ੁਰਗਾਂ ਨੇ, ਉਹਨਾਂ ਦੇ ਪੁਰਖਿਆਂ ਨੇ ਜੋ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ, ਉਹ ਵੀ ਇੱਕ ਇਤਿਹਾਸਿਕ ਰੋਲ ਸੀ ਉਹਨਾਂ ਦਾ।
ਦੂਜੀ ਮੇਰੀ ਮੇਰੀ ਬੇਨਤੀ ਹੈ ਕਿ ਅੱਜ ਇੱਥੇ ਹੀ ਨਹੀਂ ਸਾਨੂੰ ਜਿਹੜੀ ਲੀਡਰਸ਼ਿਪ ਬਣੇਗੀ ਸਾਨੂੰ ਲੋਕਾਂ 'ਚ ਵਿਸ਼ਵਾਸ ਪੈਦਾ ਕਰਨਾ ਪੈਣਾ। ਬਹੁਤ ਲੋਕਾਂ ਨੇ ਬਦਲ ਬਣਾ ਕੇ ਦੇਖ ਲਏ, ਸਾਰੇ ਬਦਲ ਫੇਲ ਹੋ ਗਏ, ਕਿਉਂਕਿ ਬਦਲ ਧਾਰਮਿਕ ਨਹੀਂ ਸੀ, ਬਦਲ ਸਿਰਫ ਅਤੇ ਸਿਰਫ ਰਾਜਨੀਤਿਕ ਸੀ ਬਹੁਤੇ। ਅਤੇ ਦੋ ਗੱਲਾਂ ਜੋ ਰਾਮਗੜ੍ਹ ਨੇ ਕਿਹਾ ਉਹ ਵੀ ਮੈਂ ਉਹਦੇ ਵਿੱਚ ਦੁਹਰਾਉਣਾ ਚਾਹੁੰਦਾ ਕਿ ਇਹ ਜਿਹੜੇ ਬਦਲ ਨੇ ਉਹ ਬਦਲਾਂ 'ਚੋਂ ਕੁਛ ਨਹੀਂ ਨਿਕਲ ਸਕਿਆ, ਪਰ ਮੈਂ ਵਿਸ਼ਵਾਸ ਦਵਾਉਣਾ ਕਿ ਸਾਨੂੰ ਵਿਸ਼ਵਾਸ ਪੈਦਾ ਲੋਕਾਂ ਵਿੱਚ ਪੈਦਾ ਕਰਨਾ ਪਏਗਾ। ਸਾਨੂੰ ਇਹ ਵਿਸ਼ਵਾਸ ਪੈਦਾ ਕਰਨਾ ਪਏਗਾ ਕਿ ਜੇ ਤੁਸੀਂ ਸਾਨੂੰ ਮੌਕਾ ਦਿਓਗੇ ਤਾਂ ਤੁਹਾਡੀਆਂ ਉਮੀਦਾਂ ਤੋਂ ਅਸੀਂ ਪਰੇ ਨਹੀਂ ਹਟ ਸਕਦੇ, ਤੁਹਾਡੀਆਂ ਉਮੀਦਾਂ 'ਤੇ ਖੜ੍ਹੇ ਉਤਰਾਂਗੇ। ਜਿੰਨੀ ਦੇਰ ਅਸੀਂ ਵਿਸ਼ਵਾਸ ਲੋਕਾਂ ਨੂੰ ਨਹੀਂ ਦੇ ਸਕਦੇ ਉੰਨੀ ਦੇਰ ਲੋਕਾਂ ਨੇ ਸਾਡੇ ਨਾਲ ਵੀ ਨਹੀਂ ਤੁਰ ਸਕਦਾ। ਇਸ ਕਰਕੇ ਲੋਕਾਂ ਦਾ ਵਿਸ਼ਵਾਸ ਟੁੱਟ ਗਿਆ, ਲੋਕਾਂ ਨੇ ਕਈ ਬਦਲ ਦੇਖ ਕੇ ਉਹਨਾਂ ਦਾ ਵਿਸ਼ਵਾਸ ਟੁੱਟਿਆ, ਉਹਨੂੰ ਸਾਡਾ ਵਿਸ਼ਵਾਸ ਬਹਾਲ ਕਰਨ ਲਈ ਇੱਕ ਸਾਲ 'ਚ ਸਾਨੂੰ ਇੱਕ ਸਾਲ ਲੱਗਣਾ ਅਤੇ ਉਦੋਂ ਤੱਕ ਜਾਂ ਸ਼੍ਰੋਮਣੀ ਕਮੇਟੀ ਦੇ ਜਦੋਂ ਇਲੈਕਸ਼ਨ ਹੋਣੀ ਹੈ ਉਦੋਂ ਤੱਕ ਸਾਨੂੰ ਵਿਸ਼ਵਾਸ ਪੈਦਾ ਲੋਕਾਂ ਵਿੱਚ ਪੂਰਾ ਕਰਨਾ ਪੈਣਾ ਕਿ ਅਸੀਂ ਸਿਰਫ ਅਤੇ ਸਿਰਫ ਪੰਥ ਲਈ, ਸਿਰਫ ਅਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਲਈ, ਸਿਰਫ ਅਤੇ ਸਿਰਫ ਪੰਜਾਬ ਦੇ ਹੱਕਾਂ ਲਈ ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਅਸੀਂ ਕੋਈ ਜਾਤੀ ਕਿਸੇ ਕਿਸਮ ਦਾ ਕੋਈ ਜਾਤੀ ਫਾਇਦਾ ਨਹੀਂ ਉਠਾਉਣਾ ਚਾਹੁੰਦੇ, ਅਸੀਂ ਕੋਈ ਜਾਤੀ ਫੈਸਲਾ ਨਹੀਂ ਕਰਦੇ ਅਤੇ ਨਾ ਹੀ ਅਸੀਂ ਕਿਸੇ ਨਾਲ ਕੋਈ ਸੌਦਾਬਾਜ਼ੀ ਕਰ ਸਕਦੇ ਹਾਂ। ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਔਰ ਮੈਂ ਫਿਰ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਬਹੁਤ ਫਾਇਦਾ ਧੰਨਵਾਦ ਕਰਨਾ ਚਾਹੁੰਦਾ। ਇੱਕ ਅਖੀਰ ਵਿੱਚ ਮੈਂ ਜਿਹੜਾ ਪਹਿਲਾਂ ਕਹਿ ਕੇ ਹਟਿਆ ਕਿ ਲੋਕਾਂ ਨੂੰ ਸ਼ਾਇਦ ਇਹ ਮੈਨੂੰ ਮੀਡੀਆ ਵਾਲੇ ਪੁੱਛਦੇ ਸੀ ਕਿ ਜੀ ਕਾਂਗਰਸ ਦੇ ਰਾਜ ਵਿੱਚ ਬਹੁਤ ਮਾੜਾ ਹੋ ਰਿਹਾ। ਮੈਂ ਇਹੀ ਤਾਂ ਮੁਸ਼ਕਿਲ ਹੈ, ਇੰਨਾ ਮਾੜਾ ਹੋ ਰਿਹਾ ਕਿ ਅੱਜ ਸਾਰਾ ਕੁਛ ਧੁੰਦਲਾ ਨਜ਼ਰ ਆ ਰਿਹਾ। ਪੰਜਾਬ ਦੇ ਲੋਕਾਂ ਨੂੰ ਕੁਝ ਨਜ਼ਰ ਨਹੀਂ ਆ ਰਿਹਾ। ਅੱਜ ਕਿਸਾਨ ਸੜਕਾਂ 'ਤੇ ਨੇ, ਅੱਜ ਮੁਲਾਜ਼ਮ ਸੜਕਾਂ 'ਤੇ ਨੇ, ਅੱਜ ਉਹਨਾਂ ਨੂੰ ਗੋਲੀ ਡਾਂਗਾਂ ਪੈ ਰਹੀਆਂ ਨੇ, ਹੋਰ ਹੋ ਰਿਹਾ। ਲੇਕਿਨ ਫਾਈਨੈਂਸ਼ੀਅਲ ਪੋਜੀਸ਼ਨ ਇਹ ਆ ਕਿ ਤਨਖਾਹ ਨਹੀਂ ਮਿਲ ਰਹੀਆਂ, ਅਤੇ ਲੇਕਿਨ ਅਸੀਂ ਉਹ ਵੀ ਨਾਲ ਉਹ ਵੀ ਸਾਡੇ ਏਜੰਡੇ 'ਚ ਰਹੂਗਾ। ਇਹ ਨਹੀਂ ਹੈ ਕਿ ਅਸੀਂ ਸਿਰਫ ਅਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਸਾਡੀ ਜਿਸ ਪੰਜਾਬ ਦੇ ਹਿੱਤ ਲਈ ਇਹ ਲੜਾਈ ਜਾਰੀ ਰਹੇਗੀ, ਇਹ ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਹੋਇਆ ਤੁਹਾਡਾ ਫਿਰ ਇੱਕ ਵਾਰੀ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ। ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।